ਰਿਸ਼ਤਿਆਂ ਤੇ ਹਾਪਸ ਪਈ ਭਾਰੀ। ਨਾਬਾਲਗ ਲੜਕੀ ਨੂੰ ਦਵਾਈ ਦਵਾ ਕੇ ਵਾਪਿਸ ਲਿਆ ਰਹੇ ਰਿਸ਼ਤੇਦਾਰ ਨੇ ਬਣਾਇਆ ਹਾਪਸ ਦਾ ਸ਼ਿਕਾਰ। ਮਿੰਟਾਂ 'ਚ ਲੜਕੀ ਦੀ ਇੱਜ਼ਤ ਕੀਤੀ ਤਾਰ ਤਾਰ। ਇਹ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ। ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਸਦੀ ਧੀ ਜੋ ਕਿ 17 ਸਾਲਾਂ ਦੀ ਹੈ ਉਸਨੂੰ ਬੁਖਾਰ ਸੀ ਅਤੇ ਆਪਣੀ ਭਾਬੀ ਨਾਲ ਦਵਾਈ ਲੈਣ ਗਈ ਸੀ ਤਾਂ ਵਾਪਿਸ ਆਉਂਦੇ ਉਸ ਨਾਲ ਘਟੀਆ ਹਰਕਤ ਹੋਈ। ਵੀ ਲੜਕੀ ਦਵਾਈ ਲੈਣ ਗਈ ਆਪਦੀ ਭਰਜਾਈ ਦੇ ਨਾਲ, ਜਿਹੜੋ ਵੀ ਉਹ ਪਿਆਰਿਆਂ ਨੇ ਦਿਆ ਵੀ ਉਹ ਆਉਂਦੀ ਵੀ ਅਸੀਂ ਵੀ ਸਾਂਦਿਆਂ ਤੋਂ ਦਵਾਈ ਲਿਆਉਣੀ ਵੀ ਆਪਦੀ ਗੁੱਡੀਆ ਵੀ ਚੱਲ ਅਸੀਂ ਇਹਨੂੰ ਖੰਘ ਬੁਖਾਰ ਹੋਇਆ ਸੀਗਾ ਅਤੇ ਵੀ ਕਹਿੰਦੇ ਚੱਲ ਅਸੀਂ ਦਵਾਈ ਲੈਣ ਜਾਣਾ, ਅਸੀਂ ਦਵਾਈ ਵੀ ਲੈ ਆਉਂਦੇ ਹਾਂ ਵਾ ਅਤੇ ਇਹਨੂੰ ਵੀ ਭੇਜ ਦਿਉ ਸਾਡੇ ਨਾਲ। ਅਸੀਂ ਕਿਹਾ ਚੱਲ ਕੋਈ ਗੱਲ ਨਹੀਂ, ਚੱਲ ਲੈ ਆਓ ਵੀ ਇਹਨੂੰ ਖੰਘ ਬੁਖਾਰ ਹੈਗਾ, ਜ਼ਿਆਦਾ ਹੀ ਨਾ ਹੋ ਜਾਵੇ। ਅਤੇ ਉਹਨਾਂ ਨੇ ਵੀ ਕਹਿੰਦੇ ਚੱਲ ਠੀਕ ਆ ਅਸੀਂ ਲੈ ਜਾਂਦੇ ਹਾਂ ਵਾਪਸ ਵੀ ਛੇਤੀ ਆ ਜਾਵਾਂਗੇ। ਅਤੇ ਪਰ ਵੀ ਉਹਨਾਂ ਨੇ ਵਾਪਸ ਤਾਂ ਆਪ ਤਾਂ ਆ ਗਏ ਆ, ਇਹਨਾਂ ਨੂੰ ਰਸਤੇ ਦੇ ਵਿੱਚ ਹੀ ਛੱਡਿਆ ਦਾ ਵੀ ਹਾਂਜੀ। ਅਤੇ ਉਸ ਤੋਂ ਬਾਅਦ ਜਦੋਂ ਦਵਾਈ ਲੈ ਕੇ ਆਏ ਆ ਵਾਪਸ ਆਏ ਆ, ਉਦੋਂ ਇਹਨਾਂ ਨੇ ਮੋਟਰ 'ਤੇ ਪਾਣੀ ਪੀਤਾ। ਜਿਹੜਾ ਭਰਾ ਅਤੇ ਭਰਜਾਈ ਸੀ ਉਹ ਵਾਪਸ ਘਰ ਨੂੰ ਆ ਗਏ ਆ, ਇਹ ਉੱਥੇ ਮੋਟਰ 'ਤੇ ਰੁਕ ਗਿਆ, ਮੋਟਰ 'ਤੇ ਪਾਣੀ ਪਿਆ ਆ, ਕੁੜੀ ਨੂੰ ਬਾਂਹ ਫੜ ਕੇ ਲੈ ਗਿਆ ਵਾ ਝੋਪੜੀ ਦੇ ਵਿੱਚ। ਝੋਪੜੀ ਤੋਂ ਬਾਅਦ ਜਦੋਂ ਸਾਡੇ ਇਹਦੇ ਭਰਜਾਈ ਕੁੜੀ ਦੀ ਅਤੇ ਭਰਾ ਪਹੁੰਚਿਆ, ਅਸੀਂ ਉਹਨੂੰ ਪੁੱਛਿਆ ਕਿ ਵੀ ਕੁੜੀ ਕਿੱਥੇ ਗਈ। ਉਹਨਾਂ ਨੇ ਕਿਹਾ ਵੀ ਉਹ ਮਗਰ ਆਉਂਦੇ ਪਏ ਨੇ। ਉਸ ਤੋਂ ਬਾਅਦ ਬਹੁਤ ਚਿਰ ਮਗਰੋਂ ਆਏ ਆ। ਲੜਕੀ ਦੀ ਨੀਅਤ ਵਿਗੜ ਗਈ। ਹਾਂਜੀ, ਅਸੀਂ ਆਨੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਬੱਚੀ ਨੂੰ, ਸਾਰੀ 17 ਸਾਲ ਉਮਰ ਆ ਬੱਚੀ ਦੀ। ਹਾਂਜੀ, ਇਹਨੂੰ ਕੜੀ ਤੋਂ ਕੜੀ ਸਜ਼ਾ ਆਉਣੀ ਚਾਹੀਦੀ ਵੀ ਹੋਰ ਵੀ ਕਿਸੇ ਵੀ ਅਸੀਂ ਲੜਕੀ ਦੇ ਨਾਲ ਬੱਚੇ ਦੇ ਨਾਲ ਨਾ ਹੋਵੇ। ਹਾਂਜੀ, ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਹਾਂਜੀ, ਅਸੀਂ ਇਨਸਾਫ ਮੰਗਦੇ ਵੀ ਫਾਂਸੀ ਦੀ ਇਹਨੂੰ ਸਜ਼ਾ ਹੋਣੀ ਚਾਹੀਦੀ ਹੈ। ਹਾਂਜੀ ਹਾਂਜੀ, ਜਿਹੜਾ ਗੁਨਾਹਗਾਰ ਇਹਦੇ। ਨਹੀਂ ਜੀ, ਦੋ ਆ ਲੜਕੀਆਂ ਮੇਰੀਆਂ, ਇਹ ਛੋਟੀ ਆ ਲੜਕੀ। ਹਾਂਜੀ, ਪੜ੍ਹਦੀ ਸੀਗੀ 8ਵੀਂ ਕਲਾਸ 'ਚ ਪੜ੍ਹਦੀ ਸੀਗੀ, 8ਵੀਂ ਤੋਂ 9ਵੀਂ ਕਲਾਸ 'ਚ ਕਰਦੀ, 2 ਵਾਰੀ ਫੇਲ ਹੋ ਗਈ, ਇਹਨੂੰ ਕੁਛ ਨਹੀਂ ਆਉਂਦਾ ਗਾ, ਦਿਮਾਗ ਦੀ ਵੀ ਪ੍ਰੋਬਲਮ ਹੀ ਆ, ਜਿਵੇਂ ਵੀ ਬੱਚਾ ਨਹੀਂ ਘੱਟ ਬੋਲਦਾ ਵਾ। ਹਾਂਜੀ ਹਾਂਜੀ ਹਾਂਜੀ, ਕਾਰਵਾਈ ਕੀਤੀ ਜਾਵੇ। ਮੁੰਡੇ ਦਾ ਨਾਂ ਕਰਮਜੀਤ ਜੀ। ਨਹੀਂ ਜੀ, ਪਿਆਰੇ ਆਣੇ ਦਾ ਰਹਿਣ ਵਾਲਾ ਵਾ। ਹਾਂਜੀ, ਵਿਆਹ ਦੋ ਬੱਚੇ, ਇੱਕ ਵੀ ਲੜਕੀ ਇੱਕ ਲੜਕਾ ਉਹਦਾ। ਉੱਥੇ ਹੀ ਪੀੜਤ ਲੜਕੀ ਦਾ ਵੀ ਬਿਆਨ ਸਾਹਮਣੇ ਆਇਆ ਕਿ ਉਹ ਦਵਾਈ ਲੈਣ ਗਈ ਤਾਂ ਭਾਬੀ ਦਾ ਭਰਾ ਉਸਨੂੰ ਜ਼ਬਰਦਸਤੀ ਮੋਟਰ 'ਤੇ ਲੈ ਗਿਆ। ਪੀੜਤ ਲੜਕੀ ਦਿਮਾਗ ਤੋਂ ਥੋੜ੍ਹੀ ਕਮਜ਼ੋਰ ਵੀ ਹੈ। ਦਵਾਈ ਲੈਣ ਗਏ ਸੀ ਅਸੀਂ, ਭਾਬੀ ਨੂੰ ਬੁਖਾਰ ਚੜਿਆ ਸੀ। ਕਿਤੇ ਮਗਰ ਬਿਠਾਇਆ ਸੀ ਤੈਨੂੰ? ਹਾਂ, ਭਰਾ ਦੇ ਮਗਰ। ਹਾਂ, ਉਹਦੇ ਭਰਾ ਦੇ ਮਗਰ। ਭਰਾ ਮਗਰ? ਹਾਂ। ਅੱਛਾ, ਕੀ ਹੋਇਆ? ਉਹਦੇ ਬਾਅਦ ਦਵਾਈ ਲੈਣ ਗਏ ਚਲੇ, ਉਹਦੇ ਪਰ ਵਾਪਸੀ ਆਏ ਤਾਂ ਕੀ ਕੀਤੀ ਹਰ? ਉਹਦੇ ਬਾਅਦ ਉਹ ਚੋਕ ਕੇ ਲੈ ਗਏ, ਭਾਬੀ ਗਈ ਚਲੀ, ਭਾਬੀ ਗਈ ਚਲੀ। ਉਹਦੇ ਬਾਅਦ ਅੱਛਾ, ਉਹਦੇ ਬਾਅਦ ਚੋਕ ਕੇ ਚਲੇ ਗਿਆ। ਕੀ ਉੱਥੇ ਹਰਕਤ ਕੀਤੀ? ਉਹਦੇ ਬਾਅਦ ਧੱਕਾ ਦਿੱਤਾ, ਧੱਕਾ ਕੀਤਾ। ਉਹਦੇ ਬਾਅਦ ਹੁਣ ਕੀ ਮੰਗ ਕਰਦੇ? ਸ਼ਾਮ ਚਾਹੀਦਾ। ਫਿਰੋਜ਼ਪੁਰ ਦੇ ਥਾਣਾ ਘੱਲ ਖੁਰਦ ਦੀ ਪੁਲਿਸ ਨੇ ਪੀੜਤ ਮਾਂ ਦੀ ਸ਼ਿਕਾਇਤ ਤੇ ਆਰੋਪੀ ਕਰਮਜੀਤ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਤੇ ਆਰੋਪੀ ਦੀ ਭਾਲ ਜਾਰੀ ਹੈ। ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ।